वेलकम बैक टू माई न्यू ब्लॉग सारे कैनेडा तो जिम्मे अब तुम्हें पता ही है बसंत पंचमी सब तो पहले तो सारे हैप्पी बसंत पंचमी तो सारे हैप्पी रिपब्लिक डे तो यार हम फिर कट्ठे हो माहौल बनता गा तो पूरा माहौल बन गया मतलब पतंग लिया रखे है मतलब अपने डेकड़ूक लाए हुए है तो सारे अपने यार वेली फिर कट्ठे हुए है हवा भी पूरी तगड़ी चली जाती है कि पतंग पूरे पिंड अगे माहौल बन गया राइट नाउ टाइम हो गया 11 बज गया यार अज हवा भी पूरी चली जाती है तो धुप भी फिर कड़ाकेदार निकली हुई है मतलब 10 फ्रेंड तो कट्ठे हो गए हजे हो रहे थे आने वाले मतलब एक छत से आप घट्टो घट चढ़ा देंगे 5-6 पतंग चढ़ा देंगे आ सुनो पता ही है फूड से लगे रहता जा एक कोठे से आप चढ़ाने 5 जने बंसल जी साडे मतलब सारे साडे जासी भाई हुई है मतलब आ देखो जासी भाई है ते जिहड़ी जासी पाउण नूं आख्या गा सलूट मार मतलब इत्थे यार देखो सारी मंडी वेखदी है पतंग भी पूरा पूरा जी लग्या पिया गाने गुने लग गया माहौल पूरा बनया पै गया मेरे नाल दे इन्हां ने कदे पतंग नहीं वेखे इन्ने कदे इन्हां ने कदे इन्ने पतंग नहीं वेखे यार मैं तो ऐसी गा जो सुबह सुबह उठे ना एवे सीगा पहला तो ना मतलब धुंदी बहुत होनी है धुंद मतलब 10 बजे तक रही उस बाद नहीं उस पूरी धुप निकली कड़ाकेदार फिर पतंग पतुंग उड़े पूरे पूरा माहौल बना पाया यार हम शुरुआत कर लग गया सिफारश आप नवे पतंग की नवे
नवे गुट नवा पतंग नवा गुट असि भी आपका पुराना गुट लिया एक कोठे से आप चढ़ावे घटो घट हम अपना दूजा पतंग चढ़ने जा रहा है, एक तो उन्होंने कटता कांटी पा के दूजा चढ़ता I go again.
ਨਵਾਂ ਡੋਰ ਆ ਪਾਂਟਾ ਦੇਣ ਦੇ ਪੈਸੇ ਲਾਉਂਦੇ ਹੁਣ ਆਪਾਂ ਚੱਲਿਆ ਨਵੀਂ ਡੋਰ ਨਾਲ ਚਲੋ ਜੀ ਉਹ ਜ਼ਿਆਦਾ ਵਿੱਚ ਅੱਗੇ ਪਤੰਗ ਤਾਂ ਹੀ ਪਾੜਦੇ ਲਿਆ ਗਏ ਯਾਰ ਸਿਖਰਾਂ ਤੇ ਪੂਰਾ ਤੇ ਇੱਧਰ ਹੁਣ ਦੀਪਕ ਵੀ ਚੜਾਈ ਜਾਂਦਾ ਉਹ ਤੰਗ ਫਾਦਰ ਸਾਹਿਬ ਵੀ ਆ ਗਏ ਉਹਦੇ ਥੋੜੀਆਂ ਗਾਲਾਂ ਵੀ ਮੰਗਾਈਆਂ ਉੱਧਰ ਮਤਲਬ ਉੱਧਰ ਨਹੀਂ ਜਾਣਾ ਸੀਗਾ ਇਹ ਉੱਧਰ ਵੱਗ ਗਿਆ ਬਾਂਸਲ ਤੇ ਉਹ ਉੱਥੇ ਬੈਠਾ ਹੈਗਾ ਹੁਣ ਗਾਲਾਂ ਮੂਲਾਂ ਖਾਊਗਾ ਤੇ ਫਿਰ ਗਾਹਾਂ ਪ੍ਰੋਗਰਾਮ ਕਰਦੇ ਹਾਂ ਤੇ 2 ਮਿੰਟ ਲਈ ਆਪਾਂ ਗਾਣੇ ਵੀ ਬੰਦ ਕਰਤੇ ਆ ਤੇ ਹੁਣ ਆਪਾਂ ਲਾਵਾਂਗੇ ਪੇਚਾ ਮਤਲਬ ਇੱਕ ਡਰਦੇ ਡਰ ਜਾਂਦੇ ਨਾ ਤੇ ਹੁਣ ਆਪਾਂ ਪੇਚਾ ਪਾਵਾਂਗੇ ਦੀਪਕ ਨਾਲ ਦੋਨੇ ਵੱਡੇ ਆ ਗਏ ਦੇਖੀ ਪੂਰੇ ਪੀਸੀ ਤੇ ਰੱਖਣੇ ਡੋਰ ਵਾਧੂ ਪਤੰਗ ਚੱਕਣ ਵਾਲੇ ਵੀ ਰੱਖੇ ਹੋਏ ਆ ਉਹ ਬੈਠੇ ਦੇਖੋ ਕਿੰਨੇ ਦੋ ਪਤੰਗ ਰੱਖਣ ਵਾਲੇ ਚੱਕਣ ਵਾਲੇ ਹੋਏ ਤੇ ਕਾਂਟੀ ਵਾਲੇ ਵੀ ਹੈਗੇ ਆਪਣੇ ਕੋਲ ਹਾਂ ਸਾਰਾ ਆਪਾਂ ਪ੍ਰਬੰਧ ਕਰਕੇ ਲਿਆਂਦਾਗਾ ਤੇ ਹੁਣ ਉਹ ਪੇਚਾ ਪੈ ਗਿਆ ਤੇ ਵਧਾ ਦੇ ਉੱਧਰ ਰੱਖ ਦੇ ਅਜੇ ਚਲੋ ਵੀ ਥੋੜ ਬਸ ਜੇ ਤਾਂ ਵੱਡਾ ਗਿਆ ਹਟ ਜਾ ਚੱਲ ਜਾਣ ਦੇ ਢਿੱਲ ਦੇ ਪੈ ਗਿਆ ਤੇਰੇ ਨਹੀਂ ਦਰਦ ਨਹੀਂ ਕੋਨੇ ਉਹਦੇ ਲਿਹੜੇ ਪੇ ਪਾਉਂਦੀ ਕੈਮਰਾਮੈਨ ਬਦਲ ਲਿਆ ਜੀ ਆ ਚਰਖੜੀ ਮੈਨ ਤੇ ਨਜ਼ਾਰਾ ਪੂਰਾ ਹੀ ਆਉਂਦਾ ਬਹੁਤ ਇੰਜੋਏ ਕਰੀ ਜਾਂਦੇ ਯਾਰ ਪਤੰਗ ਵੀ ਬਹੁਤ ਹੋ ਗਏ ਆ ਸਾਡਾ ਚਰਖੜੀ ਮੈਨ ਹਾਂਜੀ ਗਾਇਜ਼ ਹੁਣ ਆਪਣੇ ਪਤੰਗ ਗਏ ਆ ਮੁੱਕ 5 ਕੁ ਪਤੰਗ ਰਹਿ ਗਏ ਸੀਗੇ ਤੇ ਹੁਣ ਆਪਾਂ ਲਿਆਉਂਦੇ ਹਾਂ ਪਤੰਗ ਹੁਣ ਕਿੰਨੇ ਕਿੰਨੇ ਹਾਂਜੀ ਆਪਾਂ ਪਤੰਗ ਲੈ ਲਿਆ ਗੇ ਪਤੰਗ ਆਪਾਂ ਲਏ ਹੈਗੇ ਇਹ
ਪਤੰਗ ਆ ਥੋੜੀ ਆ ਗਈ ਬਾਕੀ ਮਤਲਬ ਉਹ ਲੈ ਆਉਣਗੇ ਆਪਣੇ ਨਾਲ ਦੇ ਆਈਏ ਵਰਗੇ ਆਈ ਜਾਂਦੇ ਹੈਗੇ ਇਹ ਪਤੰਗ ਹੈਗੇ ਆ ਕੇ 50 ਕਾ 50 ਕੁ ਪਤੰਗ ਆ ਇਹ ਸਾਰੀ ਤੇ ਹੁਣ ਅਡਾਉਂਦੇ ਆ ਜਾ ਕੇ ਤੇ ਬਾਕੀ ਫੇਰ ਆਉਣਗੇ ਅੱਗੇ ਬਸ ਆਈ ਜਾਣਗੇ ਅੱਜ ਦਾ ਵੜਵਾਈ ਜਾਣੇ ਤੇ ਸਾਰੇ ਸਾਰੇ ਆਪਣੇ ਹਨਾ ਆਪਣੇ ਲਾਗੇ ਗਲੀ ਚ ਸਾਰੇ ਪਾਸੇ ਆਪਣੀ ਆਵਾਜ਼ ਹੀ ਸੁਣ ਜਿਹੜੀ ਯਾਰ ਉਹ ਸੀ ਆਪਣਾ ਕੋਠਾ ਜਿੱਥੇ ਪਤੰਗ ਉਡਾਈ ਜਾਂਦੇ ਆ ਜੇ ਅੱਗੇ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਪਤੰਗ ਕਰਦੇ ਹੁਣ ਆਪਾਂ ਨੂੰ ਲੱਗੀ ਭੁੱਖ ਤੇ ਪਤੀਸਾ ਗੁੱਸਾ ਵੀ ਕਰ ਜਾਂਦਾ ਟਾਈਮ ਹੋ ਗਿਆ ਹੁਣ ਟਾਈਮ ਕਿੰਨਾ ਹੋ ਗਿਆ ਟਾਈਮ ਵੱਜ ਗਏ 3 ਵੱਜ ਗਿਆ ਤੇ ਇਸ ਨਾਲ ਆਪਾਂ ਕਰਦੇ ਹਾਂ ਬਲੌਗ ਦੀ ਐਂਡਿੰਗ